ਜੇ ਐਂ ਹਰ ਟਾਈਮ ਮੇਰੇ ਤੇ ਗੁੱਸਾ ਕਰੋਗੇ ਨਾ, ਘਰ ਛੱਡ ਕੇ ਚਲੀ ਜਾਣਾ, ਫਿਰ ਲੱਭਦੇ ਰਹੋ ਮੈਨੂੰ। ਉਹ ਜਾ ਤੂੰ, 20 ਸਾਲ ਹੋ ਗਏ ਮੈਨੂੰ ਇਹ ਸੁਣਦੇ ਸੁਣਦੇ, ਅੱਜ ਤੱਕ ਤਾਂ ਤੂੰ ਗਈ ਨਾ। ਉਹ ਤੂੰ ਤਾਂ ਇੱਥੇ ਹੀ ਰਹਿ ਕੇ ਨਾ ਮੇਰਾ ਲਹੂ ਪੀਣਾ ਹੈ, ਘੱਟੋ ਘੱਟ ਚਲੀ ਜਾਵੇਂ ਤਾਂ ਇਹ ਮੁਸੀਬਤ ਮੇਰੇ ਗਲੋਂ ਤਾਂ ਲਹੇ। ਉਹ ਪਹਿਲਾਂ ਕਹਿੰਦੇ ਸੀ ਮੁੰਡਾ ਵੱਡਾ ਹੋ ਜੇ ਫਿਰ ਜਾਊਂਗੀ ਘਰ ਛੱਡ ਕੇ, ਉਹ ਹੁਣ ਤਾਂ ਮੁੰਡਾ ਵੀ ਗੱਭਰੂ ਜਵਾਨ ਹੋ ਗਿਆ, ਹੁਣ ਤਾਂ ਚਲੀ ਜਾ। ਪਰ ਇੰਨਾ ਕੁਛ ਸੁਣ ਕੇ ਵੀ ਨਾ ਤੂੰ ਨਹੀਂ ਜਾਂਦੀ ਕਿਤੇ, ਤੂੰ ਤਾਂ ਇੱਥੇ ਹੀ ਰਹਿ ਕੇ ਮੇਰਾ ਲਹੂ ਪੀਏਂਗੀ। ਮਨਦੀਪ ਯਾਰ ਰੋਟੀ ਪਾ ਦੇ, ਬਹੁਤ ਭੁੱਖ ਲੱਗ ਰਹੀ ਹੈ। ਪਾਪਾ ਦੀਪ, ਤੂੰ ਆਪਣੀ ਮੰਮੀ ਨੂੰ ਦੇਖਿਆ ਕਿਤੇ? ਨਹੀਂ ਪਾਪਾ, ਮੈਂ ਤਾਂ ਆਪ ਹੁਣੇ ਹੁਣੇ ਕਾਲਜ ਤੋਂ ਆਇਆ, ਮੈਂ ਤਾਂ ਮੰਮੀ ਨੂੰ ਖੁਦ ਲੱਭ ਰਿਹਾ, ਕਿੱਥੇ ਨੇ ਉਹ? ਓ ਯਾਰ, ਜੇ ਮੈਨੂੰ ਪਤਾ ਹੋਵੇ ਮੈਂ ਤਾਂ ਤੁਹਾਨੂੰ ਪੁੱਛਾਂ, ਪਤਾ ਨਹੀਂ ਕਿੱਥੇ ਚਲੀ ਗਈ ਉਹ। ਪਾਪਾ, ਕਿਤੇ ਅੱਜ ਤੁਹਾਡੇ ਦੋਨਾਂ 'ਚ ਫੇਰ ਤਾਂ ਨਹੀਂ ਲੜਾਈ ਹੋ ਗਈ? ਕਿਉਂਕਿ ਜਦੋਂ ਦੀ ਮੈਂ ਸੁਰਤ ਸੰਭਾਲ ਲਿਆ ਨਾ, ਤੁਹਾਨੂੰ ਦੋਨਾਂ ਨੂੰ ਲੜਦੇ ਹੀ ਦੇਖਿਆ, ਕਦੇ ਪਿਆਰ ਨਾਲ ਗੱਲਾਂ ਕਰਦੇ ਨਹੀਂ। ਓ ਯਾਰ, ਤੂੰ ਆਪਣੀ ਮੰਮੀ ਨੂੰ ਵੀ ਜਾਣਦਾ ਤੇ ਮੈਨੂੰ ਵੀ ਜਾਣਦਾ। ਖੈਰ ਇਹ ਗੱਲਾਂ ਨੂੰ ਛੱਡ, ਹੁਣ ਸਭ ਤੋਂ ਜ਼ਰੂਰੀ ਹੈ ਤੇਰੀ ਮੰਮੀ ਨੂੰ ਪਾਲੀ ਆਪਾਂ, ਉਹ ਗਈ ਤਾਂ ਗਈ ਕਿੱਥੇ? ਹਾਂ ਪਾਪਾ, ਤੁਸੀਂ ਮੰਮੀ ਦੀ ਨਾ ਸਹੇਲੀ ਨੂੰ ਫੋਨ ਲਾ ਕੇ ਦੇਖੋ, ਕੀ ਪਤਾ ਮੰਮੀ ਗੁੱਸੇ 'ਚ ਉੱਥੇ ਗਏ ਹੋਣ। ਹੈਲੋ, ਹਾਂ ਸ਼ੁਭਨੀਤ, ਮਨਦੀਪ ਤੇਰੇ ਕੋਲ ਆਈ ਹੈ? ਨਹੀਂ ਜੀਜਾ ਜੀ, ਮਨਦੀਪ ਤਾਂ ਨਹੀਂ ਆਈ ਇੱਥੇ, ਕੀ ਗੱਲ, ਘਰੇ ਨਹੀਂ ਹੈਗੀ ਉਹ? ਓ ਨਹੀਂ ਨਹੀਂ, ਇਹੋ ਜੀ ਕੋਈ ਗੱਲ ਨਹੀਂ ਆਏਗੀ। ਚੰਗਾ, ਮੈਂ ਰੱਖਦਾ ਫੋਨ। ਯਾਰ ਉਹ ਤਾਂ ਆਪਣੀ ਸਹੇਲੀ ਦੇ ਘਰੇ ਵੀ ਨਹੀਂ ਗਈ। ਮਨਦੀਪ, ਜਿੱਥੇ ਵੀ ਹੈ ਤੂੰ ਬਾਹਰ ਆ ਜਾ, ਬਹੁਤ ਹੋ ਗਿਆ ਤੇਰਾ ਮਜ਼ਾਕ। ਮਨਦੀਪ, ਤੂੰ ਮੈਨੂੰ ਸੱਚੀ ਛੱਡ ਕੇ ਚਲੀ ਗਈ? ਉਹ ਇਹੋ ਜਿਹੇ ਲੜਾਈ ਝਗੜੇ ਤਾਂ ਸਾਡੇ 'ਚ ਰੋਜ਼ ਹੁੰਦੇ ਸੀਗੇ, ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਤੂੰ ਘਰ ਛੱਡ ਕੇ ਚਲੀ ਜਾਏਂਗੀ। ਉਹ ਯਾਰ ਤੂੰ ਵਾਪਿਸ ਆ ਜਾ, ਨਹੀਂ ਤਾਂ ਮੈਨੂੰ ਸੱਚੀ ਹੀ ਕੁਛ ਹੋ ਜਾਊਗਾ, ਹੁਣ ਮੈਂ ਤੈਨੂੰ ਕਦੇ ਵੀ ਜਾਣ ਲਈ ਨਹੀਂ ਕਹੂੰਗਾ। ਪਾਪਾ, ਮੰਮੀ ਕਿਤੇ ਮਿਲੀ ਤੁਹਾਨੂੰ? ਨਹੀਂ ਪੁੱਤ, ਮੈਂ ਤਾਂ ਸਾਰੇ ਪਾੜ ਲਿਆ, ਕਿਤੇ ਨਹੀਂ ਮਿਲੀ ਮੈਨੂੰ ਉਹ। ਮੈਂ ਵੀ ਸਾਰੇ ਗਵਾਂਢ 'ਚ ਪਤਾ ਕਰਿਆ ਆ, ਕਿਸੇ ਨੇ ਨਹੀਂ ਦੇਖਿਆ ਮੰਮੀ ਨੂੰ। ਨਾਲੇ ਪਾਪਾ, ਤੁਹਾਡੀ 'ਤੇ ਲੜਾਈ ਕਿਉਂ ਹੋਈ ਸੀ ਜਿਹੜਾ ਮੰਮੀ ਘਰ ਛੱਡ ਕੇ ਚਲੀ ਗਈ? ਉਹ ਯਾਰ, ਉਹਨੇ ਖੀਰ ਬਣਾਉਣ ਵਾਸਤੇ ਮੈਥੋਂ ਚੌਲ ਮੰਗਵਾਏ ਸੀ, ਬਸ ਮੈਂ ਭੁੱਲ ਗਿਆ, ਇੰਨੀ ਛੋਟੀ ਦੀ ਗੱਲ 'ਤੇ ਸਾਡੀ ਬਹਿਸ ਹੋ ਗਈ। ਪਾਪਾ, ਤੁਹਾਨੂੰ ਇੱਕ ਗੱਲ ਪੁੱਛਾਂ, ਤੁਸੀਂ ਮੰਮੀ ਨੂੰ ਪਿਆਰ ਕਰਦੇ ਹੋ ਕਿ ਨਹੀਂ? ਮੈਂ ਤੇਰੀ ਮੰਮੀ ਨੂੰ ਬਹੁਤ ਪਿਆਰ ਕਰਦਾ ਪੁੱਤ, ਤੇ ਤੇਰੀ ਮੰਮੀ ਵੀ ਮੈਨੂੰ ਬਹੁਤ ਪਿਆਰ ਕਰਦੀ ਹੈ, ਪਰ ਪਤਾ ਨਹੀਂ ਅੱਜ ਉਹਨੇ ਮੇਰੀ ਗੱਲ ਨੂੰ ਇੰਨਾ ਸੀਰੀਅਸ ਕਿਉਂ ਲੈ ਲਿਆ। ਕਿਉਂਕਿ ਹਰ ਘਰ ਵਾਲੀ ਗੁੱਸੇ 'ਚ ਆ ਕੇ ਇਹੀ ਕਹਿੰਦੀ ਆ
ਆਖੇ ਮੈਂ ਘਰ ਛੱਡ ਕੇ ਚਲੀ ਜਾਊਂਗੀ ਤਾਂ ਕਿ ਉਹ ਆਪਣੇ ਘਰ ਵਾਲੇ ਦੇ ਮੂੰਹੋਂ ਇਹ ਸੁਣ ਸਕੇ, ਤੂੰ ਨਾ ਜਾ, ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ। ਪਰ ਨਹੀਂ, ਉਹਨੂੰ ਇਹ ਨਹੀਂ ਸੁਣਨ ਨੂੰ ਮਿਲਦਾ, ਉਹਨੂੰ ਇਹ ਸੁਣਨ ਨੂੰ ਮਿਲਦਾ ਤੂੰ ਚਲੀ ਜਾ ਇੱਥੋਂ। ਤਾਂ ਫਿਰ ਅੱਜ ਮੈਂ ਚਲੀ ਗਈ। ਮਨਦੀਪ, ਤੂੰ ਮੈਨੂੰ ਮਾਫ਼ ਕਰ ਦੇ, ਮੈਂ ਤੈਨੂੰ ਕਦੇ ਵੀ ਜਾਣ ਨੂੰ ਨਹੀਂ ਕਹੂੰਗਾ। ਮੈਨੂੰ ਤੇਰੀ ਬਹੁਤ ਪਰਵਾਹ ਹੈ, ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ। ਤੂੰ ਮੈਨੂੰ ਐਂ ਛੱਡ ਕੇ ਨਾ ਜਾਇਆ ਕਰ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਲੱਗਦਾ ਕਿ ਇੱਦਾਂ ਦੀ ਬਹਿਸ ਹਰ ਹਸਬੈਂਡ ਵਾਈਫ 'ਚ ਹੁੰਦੀ ਆ, ਅਤੇ ਵਾਈਫ ਲੜਕੇ ਜ਼ਰੂਰ ਕਹਿੰਦੀ ਆ ਘਰ ਛੱਡ ਕੇ ਚਲੀ ਜਾਊਂਗੀ, ਪਿੱਛੋਂ ਲੱਭਦੇ ਰਹੋ। ਵਾਈਫ ਦਾ ਇੱਦਾਂ ਕਹਿਣਾ ਕਿੱਥੋਂ ਤੱਕ ਸਹੀ ਆ ਜਾਂ ਗਲਤ ਆ ਕਮੈਂਟਾਂ 'ਚ ਜ਼ਰੂਰ ਦੱਸਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ, ਪੇਜ ਨੂੰ ਫੋਲੋ ਵੀ ਕਰਿਓ ਜੀ। ਸਤਿ ਸ਼੍ਰੀ ਅਕਾਲ।